ਮਾਣੋ ਤੁਹਾਨੂੰ ਬੜੇ ਕੰਮ ਦੀ ਗੱਲ ਦੱਸਣ ਲੱਗਾ ਕੰਮ ਦੀ ਗੱਲ ਆ ਸਸਤੀ ਸਲਾਹ ਉਹ ਹੈਗੀ ਆ ਗਾਜਰਾ ਆ ਜਿਹੜੀਆਂ ਗਾਜਰਾ ਤੁਸੀਂ ਮੇਰੇ ਹੱਥ 'ਚ ਦੇਖਦੇ ਆ ਨਾ ਇਹਨੂੰ ਚੂਰਾ ਗਾਜਰ ਆਖਿਆ ਜਾਂਦਾ ਮੰਡੀ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜੁੜੀਆਂ ਆ ਜੀਆਂ ਕਟ ਪੀਸ ਵਿੱਚ ਮੋਟੀਆਂ ਵਿੱਚ ਟੱਕ ਟੁੱਕ ਲੱਗੇ ਵਾਲੀਆਂ ਆ ਬਾਲੀਆਂ ਮੋਟੀਆਂ ਇਹ ਨੂੰ ਨਾ ਚੂਰਾ ਗਾਜਰ ਕਹਿ ਦਿੰਦੇ ਆ ਮੰਡੀ ਦੇ ਵਿੱਚ ਤੇ ਇਹ ਅੱਜ ਕੱਲ ਨਾ ਚੂਰਾ ਗਾਜਰ 4 ਰੁਪਏ 3.5 ਰੁਪਏ ਕਿਲੋ ਬੰਗੂ ਮੰਡੀ ਚੋਂ ਮਿਲ ਜਾਂਦੀ ਆ ਹੁਣ 3 ਰੁਪਏ ਦੇ ਹਿਸਾਬ ਨਾਲ ਤੂੜੀ ਆ ਜੇ ਪੱਠੇ ਲੈ ਲਾ ਤਾਂ ਉਹ ਵੀ ਮਤਲਬ ਆਪਾਂ ਇਹਨੂੰ ਇਹ ਕਹਿ ਲਗੇ ਵੀ ਦਾਣੇ ਦੇ ਥਾਂ ਤੇ ਨਾ ਛਡੋ ਛੱਡ ਦਿਓ ਤੁਸੀਂ ਇਹਨੂੰ ਆਪਾਂ ਮੰਨ ਲਗੇ ਵੀ ਇਹ ਤੂੜੀ ਦੇ ਥਾਂ ਤੇ ਆ ਜੇ ਮੰਨ ਕੇ ਚਲੋ ਇੱਕ ਪਸ਼ੂ ਨੂੰ ਆਪਾਂ 10 ਕਿਲੋ ਤੂੜੀ ਪਾਉਨੇ ਆ ਤਾਂ ਉਹ ਵੀ 30 35 ਦੀ ਬਣਦੀ ਆ ਜੇ ਉਹਦੇ ਥਾਂ ਤੇ ਤੂੜੀ 5 ਕਿਲੋ ਕਰਕੇ 5 ਕਿਲੋ ਗਾਜਰਾਂ ਇੱਕ ਪਸ਼ੂ ਨੂੰ ਆਪਾਂ ਪਾਉਨੇ ਆ ਤੇ ਉਹਦਾ ਰਿਜ਼ਲਟ ਕੀ ਹੋਊਗਾ ਇਹ ਤੁਸੀਂ ਆਪ ਸੋਚ ਲਓ ਅਸੀਂ ਤਾਂ ਐਵੇਂ ਕਰਦੇ ਹੁੰਨੇ ਆ ਕੁਆਂਟਲ ਡੇਢ ਕੁਆਂਟਲ ਗਾਜਰਾਂ ਵੱਡਾ ਵਾਈ ਮੰਗਵਾ ਲੈਂਦਾ ਹੁੰਦਾ ਤੇ ਫਿਰ ਉਹਨੇ ਕੀ ਕਰਨਾ ਕਿ 57 ਦਿਨਾਂ 'ਚ 54 ਦਿਨਾਂ ਦੇ ਵਿੱਚ ਆ ਘੋੜੀਆਂ ਨੂੰ ਪਾ ਦੇਣੀਆਂ ਵਿੱਚੇ ਮੱਝਾਂ ਨੂੰ ਪਾ ਦੇਣੀਆਂ ਵਿੱਚੇ ਗਾਂਆਂ ਨੂੰ ਪਾ ਦੇਣੀਆਂ ਤੇ ਪਾ ਪੂ ਕੇ ਐ ਬੈਠ ਕੇ ਘਰਦਣਾ ਕੱਟ ਲੈਂਦਾ ਘਰਦਣਾ ਕੱਟਣ ਦਾ ਵੀ ਇੱਕ ਕਾਰਨ ਜੇ ਆਪਾਂ ਸਾਬਤੀ ਗਾਜਰ ਪਾਉਨੇ ਆ ਤਾਂ ਪਸ਼ੂ ਕਈ ਵਾਰੀ ਮੂੰਹ 'ਚੋਂ ਚੱਕ ਲੈਂਦਾ ਫਿਰ ਖੁਰਨੀ ਤੋਂ ਬਾਹਰ ਸੱਟ ਦਿੰਦਾ ਗੋਹੇ ਕਾਹੇ 'ਚ ਫਿਰ ਉਹ ਖਰਾਬ ਹੁੰਦੀ ਆ ਤਾਂ ਕਰਕੇ ਉਹ ਫਿਰ ਗਾਜਰ ਆ ਜਿਹੜੀ ਉਹ ਕੱਟ ਕੇ ਪਾਲਗੇ ਤਾਂ ਸਿੱਧਾ ਫਿਰ ਮੂੰਹ 'ਚ ਜਾਈ ਜਾਂਦੀ ਹੈ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਤੂੜੀ ਦੇ ਮੁੱਲ 'ਚ ਪੈਂਦੀ ਆ ਪਰ ਤੂੜੀ ਨਾਲੋਂ ਤਾਕਤ ਤਾਂ ਜ਼ਾਹਰ ਜੀ ਗੱਲ ਆ ਕਿ ਗਾਜਰ 'ਚ ਜ਼ਿਆਦਾ ਹੋਊਗੀ ਨਾ ਦੇ ਦੂਜਾ ਜ਼ਿਮੀਂਦਾਰ ਦਾ ਵੀ ਫਾਇਦਾ ਅੱਜ ਕੱਲ ਇਹਨਾਂ ਨੂੰ ਗਾਜਰਾਂ ਨੂੰ ਮਟਰਾਂ ਨੂੰ ਪੁੱਛਦਾ ਨਹੀਂਗਾ ਕੋਈ ਤੇ ਜੇ ਤੁਸੀਂ ਤੂੜੀ ਦੇ ਭਾਅ ਵੀ ਗਾਜਰਾਂ ਮਟਰ ਖਰੀਦਦੇ ਆ ਇਹਦੇ ਨਾਲ ਮੰਗ ਵੀ ਵਧੂਗੀ ਕਿਸੇ ਜ਼ਿਮੀਂਦਾਰ ਭਰਾ ਦਾ ਵੀ ਫਾਇਦਾ ਹੋਊਗਾ ਤੇ ਜੇ ਦੂਜੇ ਪਾਸੇ ਆਪਾਂ ਆਪਦੇ ਪਸ਼ੂਆਂ ਨੂੰ ਪਾਉਂਦੇ ਆ ਤੇ ਉਹਨਾਂ ਦਾ ਫਾਇਦਾ ਤਾਂ ਤੁਹਾਡੇ ਸਾਹਮਣੇ ਆ ਹੈਗਾ ਹੀ ਹੈਗਾ ਬਈ ਮੈਂ ਇਹ ਗੱਲ ਦੇਖੀ ਆ ਜੇ ਨਾ 5-7 ਕਿਲੋ ਦਾ ਜਰਾ 10 ਕਿਲੋ ਪਾਦ ਗਏ ਕੱਟ ਕੇ ਤੇ ਪਸ਼ੂ ਬਈ ਹਿਲਦੇ ਨਹੀਂ ਹਿਲਦੇ ਇੰਨਾ ਜਾਨੀ ਦਾ ਇੰਨੀ ਪਾਵਰਫੁਲ ਚੀਜ਼ ਆ ਫਿਰ ਇੱਕ ਤੁਹਾਨੂੰ ਗਾਜਰਾਂ ਦੀ ਗੱਲ ਇਹ ਦੱਸਦਾ ਬਈ ਪਾ ਕੇ ਵੇਖੀਆ ਪਾਵੇਂ ਨਾ ਤੁਸੀਂ ਪਾਵੇਂ ਇੱਕ ਜਾਨਵਰ ਨੂੰ ਗਾਜਰਾਂ 20 ਕਿਲੋ ਵੀ ਦਿਹਾੜੀ ਦੀਆਂ ਪਾ ਦਿਓਗੇ ਨਾ ਉਹ ਜਾਨਵਰ ਦਾ ਨਾ ਢਿੱਡ ਦੁਖੇ ਨਾ ਫਰੇਮਾ ਕੋਈ ਮੁਸ਼ਕਲ ਹੀ ਨਹੀਂ ਆਉਂਦੀ ਗਾਜਰ ਇੰਨੀ ਵਧੀਆ ਜਾਨਵਰ ਨੂੰ ਹਾਜਮ ਹੁੰਦੀ ਆ ਨੰਬਰ 2 ਤੇ ਉਹਦੇ ਚਿਹਰੇ ਤੇ ਗਲੋਵ ਆਉਂਦੀ ਆ ਉਹਦਾ ਖੂਨ ਬਣਦਾ ਉਹਦਾ ਖੂਨ ਸਾਫ ਹੁੰਦਾ गाजर ਦੇ ਨਾਲ ਜਾਨਵਰ ਦਾ ਦੰਦਾਂ ਦੀ ਸਫਾਈ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਗਾਜਰ ਦੇ ਨਾਲ ਗਾਜਰ ਇੱਕ ਇਹੋ ਜਿਹਾ ਗਾਜਰ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਕਿ ਉਹਦੇ ਨਾਲ ਦੰਦਾਂ ਦੀ ਸਫਾਈ ਹੁੰਦੀ ਹੈ ਤੇ ਇੱਕ ਤੁਹਾਨੂੰ ਕੰਮ ਦੀ ਗੱਲ ਇਹ ਦੱਸਦਾ ਵੀ ਬਾਹਲੇ ਬੰਦੇ ਕਹਿਣਗੇ ਕਿ ਯਾਰ ਇਹ ਗੱਲ ਕਹਿਣੀ ਸੌਖੀ ਆ ਸ਼ਹਿਰ ਜਾ ਕੇ ਲਿਆਉਣੀਆਂ ਔਖੀਆਂ ਤਾਂ ਉਹਦੇ ਲਈ ਮੈਂ ਅਸੀਂ ਤਾਂ ਸੌਖਾ ਤਰੀਕਾ ਵੱਡਾ ਬਾਈ ਤਾਂ ਐ ਕਰਦਾ ਹੁੰਦਾ ਕਿ ਜਿਹੜਾ ਸਾਡੇ ਪਿੰਡ ਸਬਜ਼ੀ ਵੇਚਦਾ ਉਹਨੂੰ ਕਹਿ ਦੇਈਦਾ ਮੰਡੀ ਤੋਂ ਰੇਟ ਪਤਾ ਕਰ ਲਈਦਾ ਬਾਈ ਚੂਰਾ ਗਾਜਰ ਦਾ ਰੇਟ ਕੀ ਅਗਲਾ ਕਹਿੰਦਾ ਬਾਈ 3 ਰੁਪਏ ਆ ਉਹਨੂੰ ਕਹੇਦਾ ਬਾਈ ਕੁਆਂਟਲ ਲੈ ਆ ਦੇ ਤੇ 400 ਰੁਪਏ ਲੈ ਲਈ ਜੇ 300 ਨੂੰ ਕੁਆਂਟਲ ਮਿਲਦੀ ਆ 400 ਦੇ ਦੇਦਾ ਜੇ 400 ਨੂੰ ਕੁਆਂਟਲ ਮਿਲਦੀ 500 ਦੇ ਦੇਦਾ ਉਹਨੂੰ ਬੰਦੇ ਨੂੰ 100 ਰੁਪਏ ਦੇ ਦਿਓ ਕੁਆਂਟਲ ਮਗਰ ਉਹਨੇ ਖੁਸ਼ ਹੋ ਕੇ ਤੁਹਾਡੇ ਘਰੇ ਗਾਜਰਾਂ ਲਾ ਦੇਣਗਾ ਤੁਸੀਂ ਚਾਹੋਗੇ ਤਾਂ ਸ਼ਾਇਦ ਜ਼ਿਆਦਾ ਟਾਈਮ ਲੱਗੂਗਾ ਟਾਈਮ ਵੀ ਲੱਗੂਗਾ ਤੇ ਤੇਲ ਵੀ ਜ਼ਿਆਦਾ ਸੜੂਗਾ ਜਿਹੜਾ ਤੁਹਾਡੇ ਪਿੰਡ ਸਬਜੀ ਹਰ ਰੋਜ਼ ਲਿਆਉਂਦਾ ਉਹਨੂੰ ਕਹਿ ਦਿਓ ਤੇ ਤੁਹਾਡੇ ਘਰੇ ਬੰਦੇ ਨੇ ਗਾਜਰਾਂ ਲਾ ਜਾਣੀਆਂ ਇਹਦੇ ਨਾਲ ਜ਼ਿੰਮੇਦਾਰ ਦਾ ਫਾਇਦਾ ਆ ਦੇਖੋ ਕਿੰਨੀਆਂ ਵਧੀਆ ਗਾਜਰਾਂ ਨਾਲੇ ਤਾਂ ਅਸੀਂ ਜੂਸ ਕੜ ਕੜ ਕੇ ਪੀਓ ਆਰਾਮ ਨਾਲ ਘਰੇ ਨਾਲੇ ਗਾਜਰਾਂ ਦੀ ਸਬਜੀ ਧਰੋ ਗਾਜਰਾਂ ਦਾ ਗਾਜਰਾਂ ਹੀ ਆ ਕੱਟ ਫੀਸ ਅਜ ਜੇ ਜੇ ਮਰਜੀ ਆ ਨਾਲੇ ਤਾਂ ਇਹਨਾਂ ਦੀ ਧਰੋ ਸਬਜੀ ਤੇ ਨਾਲੇ ਇਹਨਾਂ ਨੂੰ ਚੁੱਪ ਕਰਕੇ ਪਾਓ ਮੱਝਾਂ گاਵਾ ਨੂੰ ਨਜ਼ਾਰਾ ਸਸਤਾ ਸੌਦਾ ਤੇ 5-7 ਦਿਨਾਂ ਦੇ ਵਿੱਚ ਇੱਕ ਤੁਸੀਂ ਹੈਰਾਨੀ ਵਾਲੀ ਗੱਲ ਇਹ ਆ ਜਿਹੜਾ ਪਸ਼ੂ 5-7 ਦਿਨ ਲਗਾਤਾਰ ਖਾਊਗਾ ਨਾ ਗਾਜਰਾ ਉਹ ਤੁਹਾਨੂੰ ਦੱਸੂਗਾ ਵੀ ਮੈਨੂੰ ਕੁਝ ਪਿਆ ਸ਼ੇਅਰ ਕਰ ਦਿਓ ਬਾਈ ਬਣ ਕੇ ਫਾਇਦਾ ਹੋ ਜਾਊਗਾ